ਮੇਰੇ ਕੋਲ ਆਉਂਦੇ ਰਹੇ ਬਹੁਤ, ਹੁਣ ਵੀ ਆਉਂਦੇ, ਪੁਲਿਸ ਪਰਚਾ ਦਰਜ ਨਹੀਂ ਕਰਦੀ, ਦੂਜੇ ਕਹਿੰਦੇ ਪੁਲਿਸ ਨੇ ਪਰਚਾ ਦਰਜ ਕਰ ਲਿਆ ਜੀ, ਇਹ ਝੂਠ ਹੈ ਜੀ। ਸੋ ਬੜਾ ਸੌਖਾ ਹੈ ਬਦਨਾਮ ਕਰਨਾ, ਪਰ ਜਦੋਂ ਆਪਣੇ ਕੋਲ ਇਨਵੈਸਟੀਗੇਸ਼ਨ ਇਸ ਤਰ੍ਹਾਂ ਦੀ ਹੋਵੇ ਹਾਈ ਲੈਵਲ ਦੀ, ਜਿਸ ਤਰ੍ਹਾਂ ਤੁਸੀਂ ਅੱਜ ਉਹਨਾਂ ਕੁਰਸੀਆਂ ਨੂੰ ਸੰਭਾਲਣ ਜਾ ਰਹੇ ਹੋ, ਤਾਂ ਫਿਰ ਲੋਕਾਂ ਦਾ ਵਿਸ਼ਵਾਸ ਇਸ ਗੱਲ 'ਤੇ ਵਧੂਗਾ ਕਿ ਜੋ ਇਨਵੈਸਟੀਗੇਸ਼ਨ ਹੋਈ ਹੈ ਉਹ ਸਹੀ ਹੈ, ਗਲਤ ਵਾਲਾ ਗਲਤ ਹੈ, ਸਹੀ ਵਾਲਾ ਸਹੀ ਹੈ ਬਸ। ਕਿਉਂਕਿ ਮੈਨੂੰ ਪਤਾ ਹੈ ਪੋਲੀਟੀਕਲ ਪ੍ਰੈਸ਼ਰ ਬਹੁਤ ਜ਼ਿਆਦਾ ਪੈਂਦਾ ਸੀ ਪੁਲਿਸ 'ਤੇ, ਥਾਣੇ 'ਚ ਲੋਕ ਕਿਸੇ ਚਿੱਟਾ ਵੇਚਣ ਵਾਲੇ ਨੂੰ ਫੜਾ ਕੇ ਆਉਂਦੇ ਸੀ ਵੀ ਆਹ ਚਿੱਟਾ ਵੇਚਦਾ ਸੀ, ਫੜਿਆ ਜੀ ਪਿੰਡੇ ਨੂੰ, ਇਹ 'ਤੇ ਪਰਚਾ ਪਾਓ, ਇੰਨੇ ਨੂੰ ਫੋਨ ਆ ਜਾਂਦਾ ਸੀ ਕਿਸੇ ਤਾਹਾਂ ਤੋਂ, ਆਪਣੇ ਹੀ ਬੰਦਾ ਛੱਡ ਦਿਓ, ਤਾਂ ਉਹ ਛੱਡਣਾ ਪੈਂਦਾ ਸੀ। ਛੱਡਣਾ ਕੀ, ਇਹਨੂੰ ਘਰੇ ਛੱਡ ਕੇ ਆਓ ਕਹਿੰਦੇ ਸੀ ਨਾਲ, ਉਹ ਪੁਲਿਸ ਵਾਲੇ ਤਾਂ ਜਿਪਸੀ 'ਤੇ ਛੱਡ ਕੇ ਆਉਂਦੇ ਸੀ, ਉਹ ਬੱਸ 'ਤੇ ਜਾਂਦੇ ਸੀ ਜਿਹੜੇ ਫੜਾਉਣ ਆਏ ਸੀ, ਉਹ ਜਿਹਨੂੰ ਫੜਾਉਣ ਆਏ ਸੀ ਉਹ ਪਹਿਲਾਂ ਪਿੰਡ ਪਹੁੰਚਿਆ ਹੁੰਦਾ ਸੀ, ਜਿਹੜੇ ਫੜਾਉਣ ਗਏ ਸੀ ਉਹ ਬਾਅਦ 'ਚ ਆਉਂਦੇ ਸੀ। ਫਿਰ ਵਿਸ਼ਵਾਸ ਟੁੱਟ ਜਾਂਦਾ ਸੀ ਲੋਕਾਂ ਦਾ, ਰਲੇ ਹੋਏ ਨੇ, ਰਲਿਆ ਕੌਣ ਹੋਇਆ ਵੀ, ਰਲੇ ਤਾਂ ਤਾਹਾਂ ਵਾਲੇ ਹੋਏ ਨੇ, ਰਲੇ ਤਾਂ ਰਾਜਨੀਤਿਕ ਲੋਕ ਰਲੇ ਹੋਏ ਨੇ ਉਹਨਾਂ ਨਾਲ, ਸਮੱਗਲਰਾਂ ਨਾਲ, ਗੈਂਗਸਟਰਾਂ ਨਾਲ, ਬਦਨਾਮ ਪੁਲਿਸ ਹੋ ਗਈ। ਸੋ ਅਸੀਂ ਇਹ ਸਭ ਤੋਂ ਪਹਿਲਾਂ ਕੱਟ ਕੀਤਾ, ਸਾਰੇ ਆਫਿਸਰ ਸਾਹਿਬਾਨ ਦੀ ਮੀਟਿੰਗ ਜਦੋਂ ਵੀ ਹੁੰਦੀ ਹੈ ਅਸੀਂ ਕਹਿੰਦੇ ਹਾਂ ਅਸੀਂ ਗਲਤ ਪਰਚਾ ਨਹੀਂ ਪਾਉਣਾ ਕਿਸੇ ਦਾ, ਭਾਵੇਂ ਜਿਹੜੀ ਮਰਜ਼ੀ ਪਾਰਟੀ ਦਾ ਹੋਵੇ, ਉਹ ਰਾਜਨੀਤਿਕ ਪਰਚੇ ਨਹੀਂ ਪਾਉਣੇ, ਝੂਠੇ ਪਰਚੇ ਨਹੀਂ ਪਾਉਣੇ ਆਪਣੇ ਤੋਂ, ਜਿਹੜੇ ਸਹੀ ਪਰਚੇ ਆ ਉਹੀ ਸੰਭਾਲੇ ਜਾਣ, ਉਹਨਾਂ ਦੀ ਇਨਵੈਸਟੀਗੇਸ਼ਨ ਹੋ ਜਾਏ, ਉਹਨਾਂ ਦੇ ਜਿਹੜੇ ਦੋਸ਼ੀ ਨੇ ਉਹਨਾਂ ਨੂੰ ਹੀ ਜਿਹੜੀ ਹੈ ਇਨਸਾਫ ਤੱਕ ਪਹੁੰਚਾ ਦਈਏ, ਜਿਹੜੇ ਪਰਿਵਾਰਾਂ ਨਾਲ ਧੱਕਾ ਹੋਇਆ ਉਹੀ ਬਹੁਤ ਹੈ। ਸੋ ਇਸ ਕਰਕੇ ਇੱਕ ਪੱਤਰਕਾਰ ਮੈਨੂੰ ਮਿਲਿਆ, ਉਹ ਕਹਿੰਦਾ ਜੀ ਬਾਕੀ ਜੋ ਮਰਜ਼ੀ, ਬਿਜਲੀ ਦੇ ਬਿੱਲ ਫ੍ਰੀ ਹੋ ਗਏ, ਆਮ ਆਦਮੀ ਕਲੀਨਿਕ ਖੁੱਲ੍ਹ ਗਏ, ਸਕੂਲ ਬਹੁਤ ਸੋਹਣੇ ਬਣੀ ਜਾਂਦੇ ਆ, ਖੇਤਾਂ 'ਚ ਕੱਸੀਆਂ 'ਚ ਪਾਣੀ ਆਉਣ ਲੱਗ ਗਿਆ 20-25-30 ਸਾਲਾਂ ਬਾਅਦ, ਪਰ ਸਭ ਤੋਂ ਵਧੀਆ ਜਿਹੜੀ ਗੱਲ ਮੰਨੀ ਗਈ ਹੈ ਉਹ ਲੋਕ ਕਹਿੰਦੇ ਝੂਠੇ ਪਰਚੇ ਪੈਣੇ ਬੰਦ ਹੋ ਗਏ ਯਾਰ, ਘੱਟੋ ਘੱਟ ਇਹ ਛੁਟਕਾਰਾ ਮਿਲਿਆ ਲੋਕਾਂ ਨੂੰ ਵੀ ਪੁਲਿਸ ਨੂੰ ਵੀ।